بسم اللہ الرحمن الرحیم. السلام علیکم. میں ہریت جی اپنا کرانا چاہنا تے میں تو میزبان بلال عظمت پرواں واسطے لانا دی نویں نویں ویڈیو لے کے ابھی تے انشاءاللہ امید کرنے ویڈیو پسند بھی کر دیو, لائک بھی کر دیو, شیئر بھی کر دیو. سب کی پہلے اپنے چینل نو کرنا سبسکرائب تے بیل آئیکن دا بٹن ضرور دبا لینا تاکہ ساری ہر آنے والی ویڈیو جیڑ دور تک آسانی پہنچ سکے. لو جی ویڈیو اس طرح ہی بنان لگا. بس سلسلے وار ویڈیو ہے وارے اج بدھ تاریخ 22 مئی 2024 ضلع تھیل منڈی بہاودین پنڈ سواوا چودھری میر علی گوندل صاحب دی ویڈیو. گوندل صاحب نے ماشاءاللہ اج اٹھ گاواں تے ایک مجھ لانی ہے ویڈیو تے. ٹوٹلی جڑے جانور نے نا او نو نے ماشاءاللہ اٹھے گاواں وی بھراواں ذرا تسلی نال ویکھ لینی ہے تے مجھ نا جڑی اے وی ذرا بھراواں نال تسلی نال ویکھ لینی ہے. بڑے چیر بعد ماشاءاللہ گوندل صاحب نے مجھ پائی او پھر بھراواں نوں پتہ لگ جے دا مجھ ویکھو جے تے انشاءاللہ سواد آوے گا. ਜਿਹੜੀਆਂ 8 ਗਾਵਾਂ ਨੇ ਉਹ ਵੀ ਜ਼ਰਾ ਭਰਾਵਾਂ ਨੇ 1 ਤੋਂ ਲੈ ਕੇ 8 ਨੰਬਰ ਤੱਕ ਗਾਵਾਂ ਵੇਖ ਲੈਣੀਆਂ ਨੇ. ਕਿਸੇ ਵੀ ਭਰਾ ਨੇ ਆਉਣਾ ਹੋਵੇ ਮੰਡੀ ਬਹਾਵਲਦੀਨ ਸ਼ਹਿਰ ਆ ਜਾਣਾ, ਉੱਥੋਂ ਕਿਸੇ ਵੀ ਭਰਾ ਨੇ ਪੁੱਛ ਲੈਣਾ ਸ਼ਾਤਾ ਸ਼ੂਗਰ ਮਿਲ ਦਾ, ਉਹਦੇ ਮੇਨ ਗੇਟ ਦੇ ਸਾਹਮਣੇ ਗੋਂਦਲ ਸਾਹਿਬ ਦਾ ਡੇਰਾ ਹੈ. ਬਾਕੀ ਗੋਂਦਲ ਸਾਹਿਬ ਨਾਲ ਗੱਲ ਕਰ ਲੈਂਦੇ. ਆਓ ਜੀ ਗੋਂਦਲ ਸਾਹਿਬ ਵੀਡੀਓ ਸ਼ੁਰੂ ਕਰੀਏ. ਸਲਾਮ ਅਲੈਕਮ. ਵਾਲੇਕਮ ਸਲਾਮ ਬਲਾਲ ਸਾਹਿਬ, ਠੀਕ ਹੋ ਜੀ? ਜੀ ਅੱਲਾਹ ਦਾ ਸ਼ੁਕਰ, ਠੀਕ ਠਾਕ. ਤੁਸੀਂ ਸੁਣਾਓ? ਠੀਕ ਹੈ, ਅੱਲਾਹ ਦਾ ਬੜਾ ਹੀ ਕਰਮ ਹੈ ਗੋਨ ਸਾਹਿਬ, ਮਾਸ਼ਾਅੱਲਾ. ਤੁਸੀਂ ਸੁਣਾਓ? ਅਲਹਮਦੁਲਿਲਾ ਬਿਲਕੁਲ ਠੀਕ ਠਾਕ. ਬਲਾਲ ਸਾਹਿਬ, ਸਭ ਤੋਂ ਪਹਿਲੇ ਸਭ ਬਾਈਆਂ ਦਾ ਬਹੁਤ ਸ਼ੁਕਰੀਆ ਜਿਹੜੇ ਅਲ ਨੂਰ ਡੇਰੀ ਤੇ ਤਸ਼ਰੀਫ ਲੈ ਕੇ ਆਏ, ਮੈਂ ਉਹਨਾਂ ਦਾ ਬਹੁਤ ਸ਼ੁਕਰ ਗੁਜ਼ਾਰ ਹਾਂ. ਗਾਵਾਂ ਲੈ ਕੇ ਗਏ ਨੇ, ਕਾਫੀ ਦੋਸਤ ਜਿਹੜੇ ਕਿ ਪਿਛਲੇ 1 ਹਫਤੇ ਤੋਂ ਇੰਤਜ਼ਾਰ ਪਏ ਕਰਦੇ ਸਨ. ਪਿਛਲੀ ਵੀਡੀਓ ਤੇ ਗਾਵਾਂ ਲੱਗੀਆਂ ਸੇਲ ਹੋ ਗਈਆਂ ਜੀ, ਫਿਰ ਗਾਵਾਂ ਆਉਂਦੀਆਂ ਨੇ ਸੇਲ ਹੋ ਗਈਆਂ ਨੇ. ਕੁਝ ਦੋਸਤ ਕਾਫੀ ਰਾਬਤੇ ਚ ਆਣ, ਇਨਸ਼ਾਅੱਲਾ ਤਾਲਾ ਅੱਜ ਵਾਲੀ ਵੀਡੀਓ ਪਹਿਲਾ ਨੰਬਰ ਉਹਨਾਂ ਦਾ ਹੋਵੇਗਾ ਇਨਸ਼ਾਅੱਲਾ ਤਾਲਾ. ਸਾਰੇ ਭਾਈਆਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਭਾਈ ਬਰੂਨੇ ਮੁਲਕ ਨੂੰ ਸਾਡੇ ਤੇ ਇਤਮਾਦ ਕਰਦੇ ਨੇ. ਇਨਸ਼ਾਅੱਲਾ ਤਾਲਾ ਅੱਲਾ ਦੀ ਮਿਹਰਬਾਨੀ ਨਾਲ ਅਲ ਨੂਰ ਡੇਰੀ ਫਾਰਮ ਤੇ ਅੱਜ ਇਨਸ਼ਾਅੱਲਾ ਭਰਾਵਾਂ ਦਾ ਕਿਵੇਂ ਲਵੇਗਾ ਅੱਲਾ ਦੇ, ਇਨਸ਼ਾਅੱਲਾ ਲਵੀਆਂ ਗਾਵਾਂ ਸੁਣੀਆਂ ਗਾਵਾਂ ਤੇ ਜਿਹੜੇ ਭਰਾ ਇਨਸ਼ਾਅੱਲਾ ਤਾਲਾ ਅਲ ਨੂਰ ਤੇ ਆਉਂਦੇ ਨੇ ਉਹਨਾਂ ਨੂੰ ਬਾਖੂਬੀ ਪਤਾ ਹੈ ਅਲ ਨੂਰ ਤੇ ਇਨਸ਼ਾਅੱਲਾ ਆ ਕੇ ਕੋਈ ਬੰਦਾ ਮਾਯੂਸ ਨਹੀਂ ਹੁੰਦਾ. ਤੇ ਮੈਂ ਪੂਰੀ ਕੋਸ਼ਿਸ਼ ਕਰਾਂਗਾ ਇਨਸ਼ਾਅੱਲਾ ਤਾਲਾ ਕਿ ਮੇਰਾ ਭਾਈ ਕੋਈ ਵੀ ਅਲ ਨੂਰ ਡੇਰੀ ਫਾਰਮ ਤੇ ਤਸ਼ਰੀਫ ਲੈ ਕੇ ਆਏ ਤੇ ਇਨਸ਼ਾਅੱਲਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਇਤਮਾਦ ਤੇ ਪੂਰਾ ਉਤਰਿਆ ਜਾਏ ਤੇ ਅੱਛੀ ਤੋਂ ਅੱਛੀ ਉਹਨਾਂ ਨੇ ਇਨਸ਼ਾਅੱਲਾ ਗਾਂ ਔਰ ਪ੍ਰੋਵਾਈਡ ਕੀਤੀ ਜਾਏ. ਬਹੁਤ ਸ਼ੁਕਰੀਆ ਸਾਰਿਆਂ ਭਾਈਆਂ ਦਾ. ਸ਼ੁਰੂ ਕਰੀ ਬਿਸਮਿਲਾ ਜੀ, ਲਿਆਓ ਜੀ ਗਾਂ ਨੰਬਰ 1 ਲਿਆਓ. ਗਾਂ ਨੰਬਰ ਆ ਗਈ ਜੀ 1 ਮਾਸ਼ਾਅੱਲਾ ਜੀ, ਮਾਸ਼ਾਅੱਲਾ ਜੀ, ਕਿਆ ਬਾਤ ਹੈ ਜੀ, ਜ਼ਿੰਦਾਬਾਦ ਗੋਂਦਲ ਸਾਹਿਬ. ਬਲਾਲ ਸਾਹਿਬ, ਦੂਸਰਾ ਸੁਆ ਗਾਂ ਨੇ ਲਾਣਾ ਜੀ? ਲੋ ਜੀ, ਦੂਸਰਾ ਸੁਆ ਗਾਂ ਨੇ ਲਾਣਾ ਲਾਣਾ. ਗੋਂਦਲ ਸਾਹਿਬ, ਕਿੰਨੇ ਕੁ ਦਿਨ ਲਿਆ ਜੀ ਗਾਂ? ਭਾਈ ਜਾਨ, ਸਮਝੋ ਸੁਆ ਲਾਂਦੀ ਹੈ ਪਈ, ਤਿਆਰੀਆਂ ਵਿੱਚ ਗਾਂ, ਤਿਆਰੀਆਂ ਚ ਰਾਤ ਨੂੰ ਸੁਣਦੀ ਪਈ ਹੈ, ਸੁਣਦੀ ਪਈ ਹੈ ਸਫਰ ਚੋਂ ਗਾਂ ਆਈ ਹੈ. ਮਾਸ਼ਾਅੱਲਾ ਜੀ ਜੀ, ਜ਼ਿੰਦਾਬਾਦ ਜੀ, ਕਿਆ ਬਾਤ ਹੈ ਜੀ, ਸੋਹਣੀ ਵੇੜ, ਦੂਸਰਾ ਸੁਆ ਮੂੰਹ ਚੋਂ ਛਿੱਗੀ, ਜੈਨਵਨ ਛਿੱਗੀ, ਜੈਨਵਨ ਛਿੱਗੀ ਹੋਵੇ ਜੀ ਮੂੰਹ ਚੋਂ, ਨਸਲ ਕੀ ਹੋਵੇ ਜੀ ਗੋਂਦਲ ਸਾਹਿਬ ਗਾਂ ਦੀ? ਭਾਈ ਜਾਨ, ਚੋਲਸਤਾਨੀ ਫਰੀਜ਼ਰ ਗਾਂ, ਚੋਲਸਤਾਨੀ ਤੇ ਫਰੀਦੀਆਂ ਦਾ ਕ੍ਰਾਸ ਹੋਵੇ ਦਾ, ਥਣ ਮੁੱਠ ਮੁੱਠ ਹੋਵੇ ਦਾ, ਸੋਹਣਾ ਮੁੱਠ ਮੁੱਠ ਥਣ, ਇਹਦੀ ਅੱਗੇ ਥਣ ਨਹੀਂ ਹੋ ਸਕਦਾ, ਪਾਵਰਫੁਲ ਪਾਵਰਫੁਲ. ਫਿਰ ਵੈਨਾਂ ਨੇ ਨਾ ਜਿਹੜੀਆਂ ਗਾਂ ਦੀਆਂ, ਤਲਾ ਸਾਹਿਬ ਉਹ ਭਰਾਵਾਂ ਨੂੰ ਵਹਾਣੀਆਂ. ਭਾਈ ਜਾਨ, ਗਾਂ ਸਫਰ ਚੋਂ ਪਤਾ ਹਵਾਨਾ ਚੁੱਕ ਜਾਂਦੀ ਹੈ, ਚੁੱਕ ਜਾਂਦੀ ਹੈ ਅੱਧੀ ਇਹ ਗਾਂ, ਗਾਂ ਦੇ ਖੱਬੇ ਲਾਏ ਕਰ ਜੇ ਕੱਲ ਦੌੜ ਹੋਈ ਹੈ. ਮਾਸ਼ਾਅੱਲਾ, ਇਹ ਵੀ ਘਾਟ ਨਹੀਂ ਜੀ, ਪੂਰਾ ਨਾ ਤੇ ਅੱਲਾ ਦੀ ਰਾਜ਼ ਹੈ, ਅੱਲਾ ਦੇ ਹੁਕਮ ਨਾਲ ਜੀ ਖੱਬੇ ਲਾਏ ਨਾ ਹੁਣ ਵੀ ਗੋਂਦਲ ਸਾਹਿਬ ਖੱਬੇ ਲਾਏ ਦੇਖੋ ਨਾ, ਉਹ ਭਰਾਵਾਂ ਨੂੰ ਵੀ ਨਜ਼ਰ ਪਿਆ ਆਉਂਦੀ ਹੈ ਗਾਂ, ਇਸ ਟਾਈਮ ਗਾਂ ਨੇ ਸੁਣਿਆ ਜਿਸ ਟਾਈਮ ਗਾਂ ਨੇ
ਮਾਸ਼ਾਅੱਲਾ ਜੀ ਪੂਰੀ ਬਰੀਕ ਹੈ ਗਾਂ ਜੀ ਜੀ ਮਾਸ਼ਾਅੱਲਾ ਜੀ ਗੋਨਰ ਸਾਹਿਬ ਮਾਸ਼ਾਅੱਲਾ ਸਿੰਘ ਵੀ ਪੂਰੇ ਨਾ ਜਚੇਦ ਮਾਸ਼ਾਅੱਲਾ ਮਾਸ਼ਾਅੱਲਾ ਜੁੰਗੀ ਹੈ ਨਾ ਜੀ ਜੀ ਗੋਨਰ ਸਾਹਿਬ ਹੈ ਗਾਂ ਨੰਬਰ 1 ਦਾ ਭਾਈ ਜਾਨ ਜੀ ਗਾਂ ਜਿਸ ਭਰਾ ਪਸੰਦ ਆਵੇ ਮੁੱਲ ਸੁਣ ਲਈ ਅੱਛਾ ਮੁੱਲ ਸੁਣ ਲਈ ਜੀ ਮਾਸ਼ਾਅੱਲਾ ਜੀ ਸ਼ਾਰਟ ਬਾਤ ਹੈ ਜਿਸ ਭਰਾ ਗਾਂ ਪਸੰਦ ਆਵੇ ਨਾ ਜੀ ਅੱਛਾ ਲੰਮਾ ਮੁੱਲ ਕੋਈ ਨਹੀਂ ਜੀ ਜਿਸ ਭਰਾ ਪਸੰਦ ਆਵੇ 4 ਲੱਖ 65,000 ਰੁਪਏ ਦੀ ਗਾਂ ਹੋਵੇ 4,65,000 ਦੀ ਗਾਂ ਨੰਬਰ 1 ਫਾਈਨਲ ਫਾਈਨਲ ਹੋ ਜਾਣੀ ਹੈ ਗਾਂ ਫਾਈਨਲ ਦੂਸਰਾ ਸਵਾ ਗਾਂ ਨੇ ਲੈਣਾ ਗਾਂ ਸੁੰਦੀ ਪੀਏ ਭਰਾਵਾਂ ਦੇ ਸਾਹਮਣੇ ਗਾਂ ਜਿਹੜਾ ਭਰਾ ਲੈ ਗਿਆ ਨਾ ਇਨਸ਼ਾਅੱਲਾ ਯਾਦ ਰੱਖੇ ਮਾਸ਼ਾਅੱਲਾ ਲਿਬਾਸ ਦੇ ਜਿਹੜੇ ਥੱਬੇ ਲਾਏ ਨੇ ਗਾਂ ਨੇ ਉਹ ਭਰਾਵਾਂ ਨੂੰ ਵੀ ਨਜ਼ਰ ਪੈ ਆਉਂਦਾ ਹੈ ਅੱਗੇ ਲਿਆਓ ਜੀ ਗਾਂ ਨੰਬਰ 2 ਦੋ ਮਾਸ਼ਾਅੱਲਾ ਬਲਾਲ ਸਾਹਿਬ ਮਾਸ਼ਾਅੱਲਾ ਜੀ ਗਾਂ ਨੰਬਰ ਆ ਗਈ ਜੀ 2 2 ਕੀ ਬਾਤ ਹੈ ਜੀ ਸੰਦੀ ਸ਼ਹਜ਼ਾਦੀ ਜ਼ਿੰਦਾਬਾਦ ਫੇਸ ਕੁਆਲਿਟੀ ਗਾਂ ਦੀ ਖੂਬਸੂਰਤੀ ਮਾਸ਼ਾਅੱਲਾ ਦੇਖਣੀ ਅੱਲਾਹ ਤਾਲਾ ਇੱਕ ਜ਼ਿੰਦਗੀ ਦੇਵੇ ਜੀ ਇਹ ਵੀ ਫੁੱਲ ਤਿਆਰੀ ਦੇ ਵਿੱਚ ਇਹ ਵੀ ਸੁੰਦੀ ਪੀ ਸਮਝੋ ਸੂ ਗਈ ਨਾ ਅੱਜ ਸੂ ਜਾ ਹੁਣ ਸੂ ਜਾ ਘੰਟੇ ਸੂ ਜਾ ਇਹ ਫਿਰ ਤਿਆਰੀਆਂ ਵਿੱਚ ਗਾਂ ਤਿਆਰੀਆਂ ਚ ਮਾਸ਼ਾਅੱਲਾ ਅੱਲਾਹ ਤਾਲਾ ਇੱਕ ਜ਼ਿੰਦਗੀ ਦੇਵੇ ਬਹੁਤ ਆਸਾਨ ਜ਼ਰਾ ਮਿਹਨਤ ਨਾਲ ਗਾਂ ਵਹਾਣੀ ਹੈ ਭਰਾਵਾਂ ਨੂੰ ਗਾਂ ਦਾ ਪ੍ਰਿੰਟ ਵਹਾਣਾ ਹੈ ਗਾਂ ਦੀਆਂ ਅੱਖਾਂ ਨੇ ਨਾ ਜਿਹੜੀਆਂ ਉਹ ਭਰਾਵਾਂ ਨੂੰ ਵਹਾਣੀਆਂ ਨੇ ਮਾਸ਼ਾਅੱਲਾ ਇੱਕ ਸਿੰਘ ਹੈ ਜਿਹੜਾ ਬਲੈਕ ਤੇ ਇੱਕ ਵਾਈਟ ਮਾਸ਼ਾਅੱਲਾ ਕੀ ਬਾਤ ਹੈ ਕੀ ਜ਼ਿੰਦਾਬਾਦ ਜੀ ਅੱਲਾਹ ਬਲਾ ਸਾਹਿਬ ਕੀ ਸੁਆ ਲਾਣਾ ਗਾਂ ਨੇ ਬਾਈ ਜੀ ਦੂਸਰਾ ਸੁਆ ਲਾਣਾ ਗਾਂ ਨੇ ਦੂਸਰਾ ਸੁਆ ਗਾਂ ਨੇ ਲਾਣਾ ਤੇ ਉਹ ਸਮਝ ਲਓ ਗਾਂ ਲਾਂਦੀ ਪਈ ਹੈ ਬਹੁਤ ਅੱਲਾ ਗਾਂ ਮਾਸ਼ਾਅੱਲਾ ਜੀ ਤਲਾ ਸਾਹਿਬ ਗਾਂ ਦਾ ਆਰਡਰ ਭਰਾਵਾਂ ਨੂੰ ਵਹਾਣਾ ਹੈ ਮਾਸ਼ਾਅੱਲਾ ਇਸ ਅਡਰ ਵਿੱਚ ਹਾਰ ਗਾਂ ਨਹੀਂ ਹੋਣ ਲੱਗੀ ਨਹੀਂ ਜੀ ਆ ਲਬਾਸ ਮਾਸ਼ਾਅੱਲਾ 10 ਸੂਏ ਵੀ ਸੂ ਜਾਏ ਪਾਵਰ ਵਾਲਾ ਖੂਬਸੂਰਤ ਰਹੇਗਾ ਜ਼ਿੰਦਾਬਾਦ ਜੀ ਥਣ ਜਿਹੜਾ ਪਾਵਰਫੁਲ ਜੀ ਲਬਾਈ ਚੰਗੀ ਹਾਈਟ ਚੰਗੀ ਪੁੱਠਾ ਚੰਗਾ ਮਝਾਣ ਸੋਹਣਾ ਮਾਸ਼ਾਅੱਲਾ ਜੀ ਕੀ ਬਾਤ ਲਬਾਸ ਜਿਹੜਾ ਉਹ ਘੱਟ ਆ ਜ਼ਿੰਦਾਬਾਦ ਜੀ ਅੱਲਾਹ ਤਾਲਾ ਜ਼ਿੰਦਗੀ ਦੇ ਜੀ ਇਸ ਨੂੰ ਸੁਥਰੀਆਂ ਤੇ ਬਰੀਕ ਫਿਰ ਇੱਕ ਲੈਵਲ ਦੀਆਂ ਇੱਕ ਦੂਜੇ ਤੋਂ ਵੱਧ ਵੱਧ ਕੇ ਆਉਣ ਦੀਆਂ ਇਨਸ਼ਾਅੱਲਾ ਮਾਸ਼ਾਅੱਲਾ ਜੀ ਗੋਨਰ ਸਾਹਿਬ ਇਸ ਗਾਂ ਦਾ ਕੀ ਰਿਕਾਰਡ ਰਿਹਾ ਪਿਛਲੇ ਸਵੇਰ ਦਾ ਭਾਈ ਜੀ ਆਲਾ ਗਾਂ ਹੈ ਮੇਰੇ ਦੋਸਤ ਕੋਲ ਹੀ ਗਾਂ ਬਹੁਤ ਆਲਾ ਗਾਂ ਹੈ ਜੀ ਪਿਛਲੇ ਸੂਆ ਪਹਿਲਣ ਗਾਂ 18-19 ਕਿਲੋ ਦੁੱਧ ਦਿੰਦੀ ਰਹੀ ਹੁਣ ਤੇ ਦੂਜਾ ਲਾਣਾ ਸੀ ਨਾ ਪਿਛਲੇ ਪਹਿਲੇ ਸਵੇ 12 ਫੇਰ ਦੁੱਧ ਦਿੰਦੀ ਰਹੀ ਜੀ ਜੀ 18-19 ਕਿਲੋ ਮਾਸ਼ਾਅੱਲਾ ਜੀ ਕੀ ਬਾਤ ਹੈ ਗੋਨਰ ਸਾਹਿਬ ਜ਼ਿੰਦਾਬਾਦ ਜੀ 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 ਭਾਈ ਜੀ ਗੋਨਰ ਸਾਹਿਬ ਗਾਂ ਦਾ ਇੱਕ ਵਾਰ ਥਣ ਵਹਾਣਾ ਹੈ ਮਾਸ਼ਾਅੱਲਾ ਜੀ ਪੂਰਾ ਪਾਵਰ ਆ ਅੱਲਾ ਜ਼ਿੰਦਗੀ ਦੇ ਜੀ ਮਾਸ਼ਾਅੱਲਾ ਜ਼ਿੰਦਾਬਾਦ ਜੀ ਗੋਨਰ ਸਾਹਿਬ ਕੀ ਮੁੱਲ ਗਾਂ ਨੰਬਰ 2 ਦਾ ਭਾਈ ਜਾਨ ਜੀ ਮੁੱਲ ਲੰਮੇ ਕੋਈ ਅੱਛਾ ਜਿਸ ਬ੍ਰਾਂਡ ਪਸੰਦ ਆਵੇ ਯੈਸ ਤੇ ਲੋਚ ਜੀ ਯੈਸ ਲੋਚ ਹੋਣੀ ਹੈ ਗਾਂ ਹਾਂ ਜਾਂ ਨਾ 4-75 ਦੀ 4 ਲੱਖ ਤੇ 75,000 ਦੀ 1 ਲੱਖ ਦੀ ਆ ਜੀ 4-75 ਦੀ ਜ਼ਿੰਦਾਬਾਦ ਜੀ ਮਾਸ਼ਾਅੱਲਾ ਜਿਸ ਬ੍ਰਾਂਡ ਪਸੰਦ ਆਵੇ ਗਿਫਟ ਵੀ ਠੀਕ ਹੈ ਜੀ ਅੱਗੇ ਲਿਆਓ ਜੀ ਗਾਂ ਨੰਬਰ 3 ਗਾਂ ਨੰਬਰ ਅੱਗੇ ਆ ਗਈ ਜੀ 3 ਗਾਂ ਨੰਬਰ 3 ਮਾਸ਼ਾਅੱਲਾ ਪਹਿਲਣ ਵੈੜ
ਜ਼ਿੰਦਾਬਾਦ ਜੀ। ਮੂੰਹ ਚੋ ਹੁਣ ਚੋਗੀ ਹੋ ਰਹੀ। ਲੋ ਜੀ ਮੂੰਹ ਚ ਚੋਗੀ ਪਹਿਲਾ ਸਵਾਗਤ ਨੇ ਲਾਣਾ ਹੈ ਮਾਸ਼ਾਅੱਲਾ ਕਲਾ ਸਾਹਿਬ ਚਮਕ ਵਖਾਣੀ ਹੈ ਵੈੜੀ ਦੀ ਤੇ ਫਿਰ ਗੁੱਲਾ ਜਿਹੜਾ ਵੈੜੀ ਕੱਢਿਆ ਨਾ ਉਹ ਭਰਾਵਾਂ ਨੂੰ ਵਖਾਣਾ ਹੈ ਮਾਸ਼ਾਅੱਲਾ ਕਾਲਾ ਤੇ ਮੁੱਠ ਮੁੱਠ ਮਾਸ਼ਾਅੱਲਾ ਕੀ ਬਾਤ ਹੈ ਬਹੁਤ ਆਲਾ ਵੈੜ ਹੈ ਪਹਿਲਾ ਸੂਆ ਲਾਣਾ ਹੈ ਮਾਸ਼ਾਅੱਲਾ ਬਹੁਤ ਆਲਾ ਕੁਆਲਿਟੀ ਦੀ ਗਾਂ ਹੈ ਜ਼ਿੰਦਾਬਾਦ ਚੋਲਸਤਾਨੀ ਜੀ ਫਰੀਜ਼ਨ ਹਲਕਾ ਜਿਹਾ ਟੱਚ ਗਰਲੈਂਡੋ ਦਾ ਬਲੱਡ ਟੈਸਟ ਕਰਵਾ ਲੈਣਾ ਜੀ ਜਿਸ ਕਿਸੇ ਭਰਾ ਨੂੰ ਫਰਕ ਲੱਗੇ ਨਾ ਅੱਛਾ ਬਲੱਡ ਟੈਸਟ ਕਰਵਾ ਲਵੇ ਗੱਲਾਂ ਨਾਲ ਕੰਮ ਨੇ ਬਹੁਤ ਆਲਾ ਗਾ ਹੈ ਤਿੰਨ ਗਰਾਸ ਚ ਗਾ ਹੈ ਚੁਲ ਭਰਾਵਾਂ ਨੂੰ ਜੀ ਪੂਰਾ ਤਸੱਲੀ ਨਾਲ ਜੀ ਜੀ ਫਿਰ ਆਲਾ ਗਾ ਇੱਥੇ ਗਾ ਖਲਵਾ ਕੇ ਅਗਲੇ ਪਾਸੇ ਬਹਿ ਕੇ ਥਣ ਵਹਾਣਾ ਗਾਂ ਦਾ ਮਾਸ਼ਾਅੱਲਾ ਭਰਾਵਾਂ ਨੂੰ ਅੱਲਾ ਸਾਹਿਬ ਥਣ ਮਾਸ਼ਾਅੱਲਾ ਗਾਂ ਦੇ ਬਹੁਤ ਆਲਾ ਵੈੜ ਪਹਿਲਣ ਹੋ ਕੇ ਕਿਆ ਪਹਿਲਣਾ ਜੀ ਗੁੱਲਾ ਨਹੀਂ ਕਰਦੀਆਂ ਅੱਲਾ ਤਾਲਾ ਜ਼ਿੰਦਗੀ ਦੇ ਬਹੁਤ ਆਲਾ ਵੈੜ ਬਹੁਤ ਆਲਾ ਮਾਸ਼ਾਅੱਲਾ ਜੀ ਸ਼ਕਲ ਵਖਾਓ ਵੈੜ ਦੀ ਕਿੰਨੇ ਦਿਨ ਲੈ ਜੇ ਗੋਦਾ ਸਾਹਿਬ ਭਾਈ ਜਾਨ ਦੇ ਮਾਲਕਾਂ ਦੀ ਬਸ 4-8 ਮਹੀਨੇ ਲੈਂਦੀ ਹੈ ਮਾਲਕਾਂ ਨੇ ਜਿਹੜਾ ਦੱਸਿਆ ਨਾ ਉਹ ਬੈਠ ਲੈ ਜੀ ਬਾਕੀ ਸਫ਼ਰ ਚੋ ਗਾਵਾਂ ਹੁੰਦੀਆਂ ਤੇ ਆਟੋ ਪਹਿਲਾਂ ਵੀ ਸੂ ਜਾਂਦੀਆਂ ਕੀ ਕੀ ਮੁੱਲ ਹੈ ਤਿੰਨ ਨੰਬਰ ਦਾ ਭਾਈ ਜਾਨ ਮੁੱਲ ਨਹੀਂ ਬੱਚੀ ਪੂਰੇ 5.5 ਲੱਖ ਦੀ ਠੀਕ ਹੈ ਜਿਸ ਭਰਾ ਨੂੰ ਪਸੰਦ ਆਵੇ ਨਾ ਜੀ 4,45,000 ਦਾ 4,45,000 ਦੀ ਗਾਂ ਨੰਬਰ 3 ਗਾਂ ਨੰਬਰ 3 ਤੇ ਗਿਫਟ ਹੈ ਬਲਾਲ ਸਾਹਿਬ ਗਿਫਟ ਹੋਵੇਗਾ ਜੀ ਭਰਾ ਵਾਸਤੇ ਗਿਫਟ ਅੱਲਾ ਜ਼ਿੰਦਗੀ ਦੇ ਦੇ ਗਿਫਟ ਹੈ ਬੰਦੇ ਜੀ ਪੂਰੀ ਗੋਲ ਮਟੋਲ ਹੋਵੇ ਜੀ ਕੀ ਬਾਤ ਅੱਗੇ ਲੈ ਜੀ ਗਾਂ ਨੰਬਰ 4 ਜੀ ਗਾਂ ਨੰਬਰ ਆ ਗਏ ਜੀ 4 ਗਾਂ ਮਾਸ਼ਾਅੱਲਾ ਜੀ ਜ਼ਿੰਦਾਬਾਦ ਕੀ ਬਾਤ ਹੈ ਜੀ ਪਾਵਰਫੁਲ ਥਾਣ ਲੋ ਜੀ ਪਹਿਲਾ ਸੁਆ ਵੈੜ ਨੇ ਲਾਏ ਆ ਜੀ ਜਿਹਨਾਂ ਦਿਨਾਂ ਦੀ ਸੂਈ ਹੈ ਕੱਲ ਦੀ ਗਾਂ ਸੂਈ ਹੈ ਜੀ ਕੱਲ ਦੀ ਸੂਈ ਹੈ ਤੇ ਥਾਣ ਨਾ ਜਿਹੜਾ ਉਹ ਪਾਵਰਫੁਲ ਤੇ ਬਲੈਕ ਚੰਗੀ ਲੰਬਾਈ ਚੰਗੀ ਥਣ ਪਾਵਰਫੁਲ ਪਾਵਰਫੁਲ ਮਗਰ ਵੱਛਾ ਮਗਰ ਵੱਛਾ ਪਹਿਲਾ ਬੋਲਾ ਜਿਹੜਾ ਇੱਕ ਦਿਨ ਦਾ ਕਿੰਨਾ ਕੋ ਕੱਢਿਆ ਆਲਾ ਵੈੜ ਬਹੁਤ ਆਲਾ ਵੈੜ ਜਿਸ ਭਰਾ ਵੇਖਣੀ ਹੈ ਨਾ ਜੀ ਜੀ ਗੋਦਾ ਸਾਹਿਬ ਤਾਂ ਖੁਸ਼ ਕਰ ਛੜੀ ਜੀ 9-10 ਕਿਲੋ ਪਹਿਲਾ ਬੋਲਾ ਆਇਆ ਸੀ ਜਿਹੜਾ ਪਹਿਲਾ ਬੋਲਾ ਹੋ 9-10 ਕਿਲੋ ਉਹ ਪਹਿਲਾਂ ਹੀ ਕੱਢਿਆ ਇੱਕ ਕੀ ਬਾਤ ਹੈ ਕੀ ਬਾਤ ਇੱਕ ਹੀ ਕੱਢਿਆ ਨਾ ਬੋਲ ਬਿਲਕੁਲ ਬਸ ਠੀਕ ਹੈ ਮਾਸ਼ਾਅੱਲਾ ਅੱਲਾ ਗਾਏ ਭਾਈ ਜਾਨ ਜ਼ਿੰਦਾਬਾਦ ਜੀ ਕਲਾ ਸਾਹਿਬ ਬੈਠ ਦਾ ਇੱਕ ਵਾਰ ਥਣ ਲੰਬਾਈ ਭਾਈ ਜਾਨ ਇਹਦੀ ਉੱਤੇ ਇਸ ਉਮਰ ਚੋਂ ਜੀ ਇਹਦੀ ਉੱਤੇ ਥਣ ਨਹੀਂ ਹੋ ਸਕਦਾ ਬਲਾਲ ਸਾਹਿਬ ਥਣ ਵੀ ਨਹੀਂ ਹੋ ਸਕਦਾ ਤੇ ਲਿਬਾਸ ਵੀ ਨਹੀਂ ਲੱਗ ਸਕਦਾ ਜੇ 25 ਮਹੀਨੇ ਦੀ ਬੱਚੀ ਹੈ ਇਹ ਪਾਵਰਫੁਲ ਥਣ ਕਾਲਾ ਕਾਲਾ ਸਾਰੀਆਂ ਗਾਵਾਂ ਭਾਈ ਜਾਨ ਨਹੀਂ ਲੱਗਦਾ ਫਿਰ ਲਿਬਾਸ ਠੀਕ ਕਿਆ ਕਿਆ ਬਾਤ ਹੈ ਮਾਸ਼ਾਅੱਲਾ ਜੀ ਜ਼ਿੰਦਾਬਾਦ ਜੀ ਅੱਲਾ ਜ਼ਿੰਦਗੀ ਦੇ ਦੋ ਚੁਆਈਆਂ ਹੋ ਰਹੀਆਂ ਨੇ ਜੀ ਜੀ ਜਿਸ ਭਰਾ ਲੈਣੀ ਚੋਣੀ ਪੀਣੀ ਉਹਦੇ ਨਸੀਬ ਕਰੇ ਬਦਲ ਸਾਹਿਬ ਕੀ ਮੁੱਲ ਹੈ ਵੈੜ ਦਾ ਭਾਈ ਜਾਨ ਵੈੜ ਪੂਰੇ 5 ਲੱਖ ਦੀ ਜੀ ਕਿਤਨੇ ਦੀ 5 ਲੱਖ ਲੇਕਿਨ ਭਰਾਵਾਂ ਨਾਲ ਨਵੀਆਂ ਗੱਲਾਂ ਕੋਈ ਜਿਸ ਭਰਾ ਨੂੰ ਪਸੰਦ ਆਵੇ 4-45 ਦੀ ਬੱਚੀ ਹੋਣੀ ਹੈ 4,45,000 ਭਰਾ ਨੂੰ ਦੇ ਦਿੰਦੀ ਜਿਹੜੇ ਪਸੰਦ ਆ ਜਾਣੀ ਅੱਗੇ ਲਿਆਓ ਜੀ ਗਾਂ ਨੰਬਰ 5 ਮਾਸ਼ਾਅੱਲਾ ਜੀ ਬ੍ਰਾਂਡ ਗਾਂ ਦੂਸਰਾ ਸੁਆ ਗਾਂ ਨੇ ਲਾਏ ਹੈ
ਜਰਸੀ ਮਾਸ਼ਾਲਾ ਤੇ ਗਰਲੈਂਡੋ ਲੋ ਜੀ ਚੋਲਸਤਾਨੀ ਜਰਸੀ ਤੇ ਗਰਲੈਂਡੋ ਦਾ ਕ੍ਰਾਸ ਮਾਸ਼ਾਲਾ ਜੀ ਭਾਈ ਜਾਨ ਇੰਜ ਸਾਰੀਆਂ ਗਾਵਾਂ ਪਾਵਰਫੁਲ ਨਹੀਂ ਤੁਰਦੀਆਂ ਜਿੰਦਾਬਾਦ ਜੀ ਮਾਸ਼ਾਲਾ ਫਿਰ ਜਿਹੜਾ ਇਹਦਾ ਨਾ ਇਹ ਇਹ ਚੀਜ਼ ਵਿਖਾਣੀ ਹੈ ਗਾਂ ਦੀ ਮਾਸ਼ਾਲਾ ਵੇਖੋ ਨਾ ਥਾਣੇ ਜਿਹੜਾ ਸੂਹ ਹੈ ਗਾਂ ਦਾ ਮੁਕੰਮਲ ਬੋਲਾ ਨਿਕਲੇ ਮਾਸ਼ਾਲਾ ਕਿੰਨਾ ਕੁ ਬੋਲਾ ਨਿਕਲਿਆ ਜਿਹੜਾ ਪਹਿਲਾਂ ਕੱਢਿਆ ਸੋਲਾਂ ਸਤਾਰਾਂ ਸਿਰ ਬੋਲਾ ਪੱਕਾ ਹਵੈਡ ਦਾ ਮਾਸ਼ਾਲਾ ਜੀ ਤਰਾ ਸਾਹਿਬ ਗਾਂ ਦੀ ਕੋਈ ਚਮਕ ਵਹਾਣੀ ਹੈ ਮਤਲਬ ਸਾਹਿਬ ਇਹ ਹੂਬੀ ਦੱਸੋ ਨਾ ਕੀ ਹੂਬੀ ਹੈ ਗਾਂ ਦੀ ਜਿਹਦਾ ਮਾਸ਼ਾਲਾ ਮਗਰ ਬੱਚੀ ਨੂੰ ਬੱਚੀ ਦੇ ਲੈ ਜਾਓ ਗੋਲਾ ਸਾਹਿਬ ਕੀ ਮੁੱਲ ਸੁਣ ਜੀ ਗੱਲ ਸੁਣਾਓ ਗਾਂ ਦੀ ਭਾਈ ਜਾਨ ਜੀ ਬੋਲ ਸੁਣ ਕੋਨੀ ਅੱਛਾ ਗਾਂ ਮੇਰੀ ਕਿੰਨੇ 7 ਲੱਖ ਦੀ ਠੀਕ ਹੈ ਲੰਮੀਆਂ ਗੱਲਾਂ ਕੋਨੀ ਜਿਸ ਭਰਾ ਮੇਰੇ ਵੀਰ ਨੂੰ ਅੱਛਾ ਗਾਂ ਪਸੰਦ ਆਵੇ ਨਾ ਜੀ 5 ਲੱਖ ਅੱਛਾ 25,000 ਦੀ ਗਾਂ ਦੇ ਮੈਨੂੰ ਯੈਸ ਨੋਟ 5 ਲੱਖ ਤੇ 25,000 ਦੀ ਹਾਂ ਜਾਂ ਨਾ ਆਵੇ ਦਾ ਇੱਕ ਗੱਲ ਹੋਰ ਹੈ ਜੀ ਪੂਰਾ ਸੂਆ ਜਿਹੜਾ ਭਰਾ ਚੋ ਲਵੇ ਅੱਛਾ ਇਸ ਮੁੱਲ ਦੀਆਂ ਵਾਪਸ ਵੀ ਲੈ ਲਵਾਂਗਾ ਇਹ ਇੰਜ ਦੀਆਂ ਸ਼ੈਨ ਪੂਰਾ ਸੂਆ ਚੋ ਲਵੇ ਕੀ ਬਾਤ ਹੈ ਥੱਲੇ ਦੀ ਬ੍ਰਾਂਡ ਇੱਕ ਦਿਨ ਦੀ ਸੂਈ ਜੀ ਜਿੰਦਾਬਾਦ ਮਾਸ਼ਾਅੱਲਾ ਅੱਗੇ ਲਿਆਓ ਜੀ ਗਾਂ ਨੰਬਰ 6 ਲਓ ਜੀ ਗਾਂ ਨੰਬਰ ਆ ਗਈ ਜੀ 6 ਮਾਸ਼ਾਅੱਲਾ ਬੱਲੀ 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 ਵੀ ਤੇ ਜੁੰਗੀ ਵੀ ਦਰਿਆਓ ਪਾਰ ਇਹਨਾਂ ਦਾ ਸੌਦਾ ਕਰ ਲਓ ਮਾਸ਼ਾਅੱਲਾ ਜੀ ਤੀਜੀ ਗੱਲ ਥੱਲੇ ਮੱਛੀ ਹਾਈ ਕੁਆਲਿਟੀ ਦੀ ਲਓ ਜੀ ਮਗਰ ਮੱਛੀ ਹਾਈ ਕੁਆਲਿਟੀ ਦੀ ਨਸਲ ਆਪਣੀ ਕੀ ਦੂ ਚੋਲਸਤਾਨੀ ਦੇ ਫ੍ਰੀਜ਼ਨ ਦਾ ਕਰਾਸ ਹੈ ਕਿੰਨੇ ਦਿਨਾਂ ਦੀ ਸੂਈ ਹੈ ਬਾਈ ਜੀ ਕੱਲ ਦੀ ਸੂਈ ਹੈ ਇੱਕ ਦਿਨ ਹੋ ਗਿਆ ਜੀ ਬਾੜੀ ਦੀ ਸੂਏ ਆ ਜੀ ਮਗਰ ਮੱਛੀ ਮਾਸ਼ਾਅੱਲਾ ਜੀ ਇੱਥੇ ਇੱਕ ਵਾਰ ਥਾਣ ਵਹਾਓ ਤਲਾ ਸਾਹਿਬ ਬੈਠਦਾ ਗੁੰਦਰ ਸਾਹਿਬ ਕਿੰਨਾ ਕੁ ਬੈੜੀ ਕੋਲੇ ਬੋਲਾ ਜਿਹੜਾ ਇਸ ਟਾਈਮ ਹੈ ਪਹਿਲਾ ਬੋਲਾ ਚੋਇਆ ਨਾ ਉਹ ਕਿੰਨਾ ਕੁ ਹੀ ਹੈ ਉਹ ਤਕਰੀਬਨ 11 ਕਿਲੋ ਆਇਆ 11 ਕਿਲੋ ਬੋਲਾ ਆਹ ਜਿਹੜਾ ਪਹਿਲਾ ਚੋਇਆ ਜੀ ਥੱਲੇ ਬੜਾ ਬੋਲਾ ਇਹ ਚੋਣਾ ਬੈਠਦਾ ਜੀ ਦੂਸਰਾ ਬਿਲਕੁਲ ਚੋਣਾ ਅੱਲਾਹ ਤਾਲਾ ਇਹ ਜ਼ਿੰਦਗੀ ਦੇਵੇ ਅੱਲਾ ਗਾਏ ਮਾਸ਼ਾਅੱਲਾ ਬਰੀਕੀ ਖੂਬਸੂਰਤ ਤਲਾ ਸਾਹਿਬ ਬੈਠ ਦੇ ਫਿਰ ਪੁੱਟਾ ਵਖਾਓ ਫੇਸ ਵਖਾਏ ਇੱਕ ਵਾਰੀ ਅੱਛੀ ਵਖਾਓ ਭਰਾਵਾਂ ਨੂੰ ਭਾਈ ਜਾਨ ਮਾਸ਼ਾਅੱਲਾ ਦੋਵੇਂ ਇੱਕੋ ਜੀਆਂ ਮਾਵਾਂ ਤੀਆਂ ਜੀ ਅੱਲਾ ਤਾਲਾ ਇਹ ਜ਼ਿੰਦਗੀ ਦੇਵੇ ਇਹਦਾ ਸਾਰਾ ਬਲੈਕ ਔਰ ਵਾਈਟ ਹੈ ਤੇ ਕੱਲ ਉਹਦੀ ਜਿਹੜੀ ਹੈ ਨਾ ਮੱਛੀ ਉਹ ਲੈਣ ਉਹਦੀ ਲੈਣੀ ਆਉਂਦੀ ਮਾਸ਼ਾਅੱਲਾ ਮਾਸ਼ਾਅੱਲਾ ਸੋਹਣੀ ਬਰੀਕ ਜਿਸ ਮੇਰੇ ਵੀਰ ਨੂੰ ਗਾਂ ਪਸੰਦ ਆਵੇ ਨਾ ਜੀ ਗੋਲਾ ਸਾਹਿਬ 4,55,000 ਦੀ ਦੇਖਣਾ 4,55,000 ਦੀ ਗਾਂ ਨੰਬਰ 6 ਬੱਲੀ ਦੇ ਦਰਨੀ ਹੈ ਜੀ ਜਿੰਦਾਬਾਦ ਜੀ ਮਾਸ਼ਾਅੱਲਾ ਅੱਲਾ ਗਾਏ ਬਰੀਕ ਗਾਏ ਸੁਖਰੀ ਗਾਏ ਅੱਲਾ ਤਾਲਾ ਜ਼ਿੰਦਗੀ ਦੇਵੇ ਜੀ ਕੁਆਲਿਟੀ ਬਹੁਤ ਅੱਛੀ ਹੈ ਜਿਹੜਾ ਭਰਾ ਨੇ ਲੈਣੀ ਅੱਲਾ ਪਾਕ ਉਹ ਤੇ ਨਸੀਬਾਂ ਤੇ ਚੁਗਣੀ ਦੇ ਚੁਗਣੀ ਦੇ ਤੇ ਬਲਾਕ 2 ਗਾਵਾਂ ਨਾ 2 ਬੱਚੀ ਬਹੁਤ ਖੂਬਸੂਰਤ ਹੈ ਜੀ ਕਿਸੇ ਵੀ ਭਰਾ ਨੇ ਜਿਹਨੇ ਲੈਣੀ ਇੱਕ ਦੇ ਦੇਣੇ ਨੇ ਖੜਨੀਆਂ 2 ਨੇ ਖੜਨੀਆਂ ਅੱਗੇ ਲਓ ਗਾਂ ਨੰਬਰ 7 ਆ ਗਈ ਅੱਗੇ 7 ਭਾਈ ਜਾਨ ਗਾਂ ਨੰਬਰ 7 ਜੀ ਕੱਲ ਦੀ ਸੂਈ ਇਹ 2 ਚਵਾਈਆਂ ਹੋਈਆਂ
ਕੱਲ ਦੀ ਸਵੀਰ ਦੋ ਚਵਾਈਆਂ ਜਿਹੜੀਆਂ ਹੋ ਗਈਆਂ ਨੇ ਗਾਂ ਦੀਆਂ ਮਾਸ਼ਾਅੱਲਾ ਚੁੰਗੀ ਪਾਣੀ ਜਿਹੜਾ ਸੂਹਾ ਹੈ ਤੇ ਵਿੱਚ ਥੋੜਾ ਥੋੜਾ ਨਾ ਸਾਨੂੰ ਮਗਰ ਇਹਦੇ ਵੱਛਾ ਮਗਰ ਗੋਂਦਲ ਸਾਹਿਬ ਇਹਦੇ ਕੋਲ ਜਿਹੜਾ ਬੋਲਾ ਪਹਿਲਾ ਬੋਲਾ ਕੱਢਿਆ ਉਹ ਕਿੰਨਾ ਕੁ ਬੋਲਾ ਕੱਢਿਆ ਨੌ ਦਸ ਕਿਲੋ ਪਹਿਲਾ ਬੋਲਾ ਆਈ ਮਾਸ਼ਾਅੱਲਾ ਅਸੀਂ ਕੱਢਿਆ ਜੀ ਅੱਲਾ ਤਾਲਾ ਜ਼ਿੰਦਗੀ ਦੇ ਜੀ ਬਹੁਤ ਤਾਲਾ ਵੈਣ ਬਹੁਤ ਬਰੀਕ ਗਾਂ ਜਿੰਦਾਬਾਦ ਜੀ ਮਾਸ਼ਾਅੱਲਾ ਜਿਸ ਭਰਾ ਖੜੀ ਇਨਸ਼ਾਅੱਲਾ ਤਾਲਾ ਸਵਾਦ ਆਵੇਗਾ ਲੋ ਜੀ ਬੱਚੇ ਦੇ ਇੱਕ ਵਾਰੀ ਜਾਣ ਦਿਓ ਭਰਾਵਾਂ ਨੂੰ ਵਿਖਾਓ ਬੱਚਾ ਵੀ ਤੇ ਗਾਂ ਵੀ ਜੀ ਗੋਬਿੰਦ ਸਾਹਿਬ ਕੀ ਮੁੱਲ ਹੈ ਗਾਂ ਦਾ ਭਾਈ ਜਾਨ ਮੁੱਲ ਸ਼ੁਲ ਕੋਨੀ ਜੀ ਜਿਸ ਭਰਾ ਪਸੰਦ ਆਈ ਨਾ ਫਾਈਨਲ ਜੀ ਸ਼ਾਰਟ ਬਾਤ ਹੈ ਅੱਛਾ ₹3,45,000 3,45,000 ਦੀ ਗਾਂ ਨੰਬਰ 7 ਮਾਸ਼ਾਅੱਲਾ ਜੀ ਗਾਂ ਦਾ ਰੇਟ ਭਰਾਵਾਂ ਵੇਖ ਲੈਣਾ ਤੇ ਗਾਂ ਵੇਖ ਲੈਣੀ ਗਾਂ ਵੀ ਵੇਖ ਲੈ ਕਿਹੋ ਜਿਹਾ ਰੇਟ ਹੈ ਤੇ ਕਿਹੋ ਜੀ ਗਾਂ ਹੈ ਅੱਲਾ ਤਾਲਾ ਜ਼ਿੰਦਗੀ ਦੇ 5 ਲੱਖ ਵਾਲੀਆਂ ਕੰਮ ਕਰੇਗੀ ਜ਼ਿੰਦਾਬਾਦ ਜੀ ਅੱਗੇ ਗਾਂ ਨੰਬਰ ਲਿਆਓ ਜੀ 8 ਜੀ ਗਾਂ ਨੰਬਰ ਅੱਗੇ ਆ ਗਈ ਜੀ 8 ਭਾਈ ਜਾਨ ਗਾਂ ਨੰਬਰ 8 ਮਾਸ਼ਾਅੱਲਾ ਜੀ ਦੂਸਰਾ ਸਵਾਲ ਆਇਆ ਕਿੰਨੇ ਦਿਨਾਂ ਦੀ ਸੂਈ ਹੈ ਮੂੰਹ ਚ ਛਿੱਗੀ ਕੱਲ ਸੁਬਾ ਦੀ ਸੂਈ ਹੈ ਮੂੰਹ ਚ ਛਿੱਗੀ ਦੂਸਰਾ ਸਵਾਲ ਆਇਆ ਮਗਰ ਕੀ ਹੈ ਬੱਚਾ ਤਿੰਨ ਚਵਾਈਆਂ ਹੋਈਆਂ ਮਗਰ ਬੱਚੀ ਭਾਈ ਜਾਨ ਬਹੁਤ ਤਾਲਾ ਵੈਡ ਹੈ ਕਿਸੇ ਗਾਂ ਦਾ ਵੀ ਬਿਲਾਲ ਸਾਹਿਬ ਮੁੱਠ ਤੋਂ ਥੱਲੇ ਥਣ ਨਹੀਂ ਹੋਣ ਲੱਗਾ ਇਨਸ਼ਾਅੱਲਾ ਤਾਲਾ ਅੱਲਾ ਤਾਲਾ ਇਹਨਾਂ ਨੂੰ ਜ਼ਿੰਦਗੀ ਦੇਵੇ ਚੌਥੀ ਗੱਡੀ ਮਿਹਰਬਾਨੀ ਨਾਲ ਮੇਰੇ ਰੱਬ ਦੇ ਫਜ਼ਲ ਨਾਲ ਇਹਦੇ ਕੋਲ ਇਸ ਟਾਈਮ ਕਿੰਨਾ ਕੁ ਬੋਲਾ ਆਵੇਗਾ ਭਾਈ ਜਾਨ ਇੱਕ ਕਰੰਟ ਵਾਲੀ ਵੱਛੀ ਗਿਫਟ ਗਿਫਟ ਜਿਸ ਭਰਾ ਵੀ ਖੜੀ ਅੱਛਾ 15-14 ਕਿਲੋ ਨਹੀਂ ਜੀ ਉਹ ਖੱਗਣ ਵੀ ਨਹੀਂ ਦੇਣ ਲੱਗੀ ਅੱਲਾ ਤਾਲਾ ਜ਼ਿੰਦਗੀ ਦੇਵੇ ਪੂਰੀ ਇਲਾਕੇ ਦੀ ਫਿਰ ਸਫ਼ਰ ਚ ਰਹੀ ਹੈ ਪੁੱਤਰ ਬੱਚੇ ਤੇ ਖਲੋਣ ਦੇ ਵੈਣ ਨੂੰ ਖਲੋਣੀ ਇੱਥੇ ਬੱਚੇ ਦੇ ਖਵਾ ਕੇ ਭਾਈ ਜਾਨ ਬੱਚੀ ਵਿਖਾ ਦੇ ਇੱਕ ਵਾਰੀ ਤਾਲਾ ਸਾਹਿਬ ਬ੍ਰੈਂਡ ਬੱਚੀ ਵਿਖਾ ਲੋ ਜੀ ਮਗਰ ਬ੍ਰੈਂਡ ਕੀ ਬਾਤ ਬੱਚੀ ਕੀ ਬਾਤ ਹੈ ਜ਼ਿੰਦਾਬਾਦ ਭਾਈ ਜਾਨ ਜੀ ਗੋਨਰ ਸਾਹਿਬ ਸ਼ਾਰਟ ਬਾਤ ਤੇ ਗੀਤ ਕੇ ਜੀ ਜਿਸ ਭਾਈ ਨੂੰ ਪਸੰਦ ਆਵੇ ਨਾ ਅੱਛਾ 3-5 3,05,000 ਦੀ ਗਾਂ ਨੰਬਰ 8 ਆਖਰੀ ਗਾਂ ਅੱਗੇ ਲਿਆਓ ਜੀ ਮਾਈ ਦੋ ਗਾਵਾਂ ਇੱਕ ਨਹੀਂ ਦੋ ਨੇ ਜੀ ਦੋ ਨੇ ਜੀ ਅੱਗੇ ਲਿਆਓ ਜੀ ਮਾਈ ਨੰਬਰ 1 ਮਾਈ ਨੰਬਰ ਆ ਗਈ ਜੀ ਇੱਕੋ ਹੀ ਮਾਝੇ ਤੇਰਾ ਭਰਾਵਾਂ ਨੂੰ ਪਹਿਲਾਂ ਦੱਸਿਆ ਮਾਝੇ ਭਰਾਵਾਂ ਸਨੀ ਨਾਲ ਵੇਖ ਲੈਣੀ ਹੈ ਮਾਝੇ ਬਿਲਾਲ ਜੀ ਗੋਨਰ ਸਾਹਿਬ ਤੈਨੂੰ ਪਤਾ ਹੈ ਮੈਂ ਮੱਝਾਂ ਅੱਲਾ ਦੀ ਮਿਹਰਬਾਨੀ ਨਾਲ ਨਾ ਜੀ ਜੀ ਅੱਲਾ ਤਾਲਾ ਖੈਰ ਰੱਖੇ ਤੇ ਮੱਝਾਂ ਮੈਂ ਉਸ ਲੈਵਲ ਤੇ ਜਾ ਕੇ ਵੇਚੀਆਂ ਨੇ ਇਤਨੀਆਂ ਕੁ ਵੇਚੀਆਂ ਨੇ ਭਰਾਵਾਂ ਜਿਹੜੇ ਮੈਨੂੰ ਜਾਣਦੇ ਨੇ ਉਹਨਾਂ ਨੂੰ ਬਾਖੂਬੀ ਪਤਾ ਜੀ ਪਤਾ ਜੀ ਪਤਾ ਗੋਨਰ ਸਾਹਿਬ ਅੱਲਾ ਤਾਲਾ ਜੀ ਇਹ ਮੇਰੇ ਦੋਸਤ ਦੇ ਮਾਝੇ ਜੀ ਮੈਨੂੰ ਕੋਲ ਆਈ ਇਹ ਮੱਝ ਸੇਲ ਕਰ ਦਿਓ ਅੱਛਾ ਠੀਕ ਹੈ ਠੀਕ ਹੈ ਬਹੁਤ ਅੱਲਾ ਗਾਂ ਹੈ
ਉਹਨਾਂ ਨੇ ਜ਼ਰੂਰਤ ਕੋ ਨਹੀਂ ਸੀ ਜੀ, ਤੇ ਉਹਨਾਂ ਕਿਹਾ ਬਸ ਸੇਲ ਕਰੋ ਮੱਝ। ਠੀਕ ਹੈ ਮਾਸ਼ਾਅੱਲਾ ਜੀ, ਪਿਓਰ ਬ੍ਰਾਂਡ ਦੀ ਮੱਝ। ਕਿਹੜਾ ਬ੍ਰਾਂਡ ਜੀ? ਪਿਓਰ ਨੀਲੀ ਦੀ। ਨੀਲੀ ਬ੍ਰਾਂਡ? ਨੀਲੀ ਬ੍ਰਾਂਡ ਦੀ। ਮਾਸ਼ਾਅੱਲਾ ਜੀ, ਥੋੜਾ ਜਿਹਾ ਵਿੱਚ ਕ੍ਰਾਸ ਹੈ ਸਰ ਰਾਵੀ ਦਾ, ਲੇਕਿਨ ਇੱਕ ਗੱਲ ਹੈ, ਜਿਸ ਭਰਾ ਸਾਂਭ ਲਈ ਨਾ। ਅੱਛਾ, ਇਹ ਡੁੱਗ ਪੁੱਠਾ ਮਾਸ਼ਾਅੱਲਾ, ਇਹ ਘੱਡੀ, ਇਹ ਪੁੱਠਾ, ਇਹ ਲਿਬਾਸ, ਇਹ ਥਾਣ ਜੀ ਮਾਸ਼ਾਅੱਲਾ। ਤਰਾ ਸਾਹਿਬ, ਮੱਝ ਦਾ ਖੁੱਡਾ, ਖੁੱਡਾ ਪੁੱਠਾ ਮਾਝ ਦਾ ਵਹਾਣਾ, ਥਣ ਲਿਬਾਸ ਵਹਾਣਾ ਪੂਰੀ ਤਸੱਲੀ ਨਾਲ, ਮਗਰ ਬੱਚਾ ਮਾਝ ਦੇ ਕੱਟਾ ਜਾਂ ਕੱਟੀ? ਕੱਟਾ, 20 ਦਿਨ ਦੀ ਸੂਈ, 20-22 ਦਿਨ ਦੀ ਸੂਈ ਏ। ਰਾਤ ਮਾਝ ਸੱਟ ਦਰੀ ਏ ਜੀ, ਸਾਫ਼ ਹੋ ਗਈ ਹੈ, ਬਿਲਕੁਲ ਸਾਫ਼ ਏ। ਅੱਲਾਹ ਤਾਲਾ ਇਹਨੂੰ ਜ਼ਿੰਦਗੀ ਦੇਵੇ ਪੂਰੀ। ਆ ਚੱਲ, ਦੁੱਧ ਤੇ ਮਾਝ, ਦੁੱਧ ਤੇ ਮਾਝ, ਹਾਜ਼ਰ ਮਾਝ ਦਾ ਕਿੰਨਾ ਦੁੱਧ ਏ? 16 ਕਿਲੋ ਦੁੱਧ ਏ ਮਾਝ ਕੋਲੇ, ਕੋਈ ਅਸੀਂ 36 ਕਿਲੋ 24 ਕਿਲੋ ਨਹੀਂ ਦੱਸਣਾ। ਠੀਕ ਏ, ਵਜ੍ਹਾ ਕਿ ਬੜੀਆਂ ਮੱਝੀ ਵੇਚੀਆਂ ਨੇ, 36 ਕਿਲੋ ਵਾਲੀਆਂ ਵੇਚੀਆਂ ਨੇ, 20 ਕਿਲੋ ਵਾਲੀਆਂ ਵੇਚੀਆਂ ਨੇ, ਇਹ ਵੇਚੀਆਂ। ਲੇਕਿਨ ਹੁਣ ਕੂੜ ਏ, ਜੇ ਸੱਚ ਹੁੰਦਾ ਤੇ ਹੁਣ ਮੁੜ ਮੱਝਾਂ ਦੀਆਂ ਲੈਣਾ ਲਾ ਛੱਡੀਆਂ, ਐਵੇਂ ਝੂਠ ਏ। ਠੀਕ ਏ, ਅਸੀਂ ਜਿਤਨਾ ਮਾਰ ਲਈਏ, ਜਿਸ ਭਰਾ ਨੂੰ ਦੱਸਦੇ ਹਾਂ ਤਾਂ 16 ਕਿਲੋ ਅੱਲਾ ਦੀ ਮਿਹਰਬਾਨੀ ਨਾਲ ਗਰੰਟੀ 15 ਕਿਲੋ ਦੀ ਦੇਣਗੇ। ਜਿਸ ਭਰਾ ਦਾ ਦਿਲ ਕਿਲੇ ਆ ਕੇ ਚੋਵੇ, ਮੱਝ ਦਾ ਦੁੱਧ 15-16 ਕਿਲੋ ਥੋੜਾ ਨਹੀਂ ਹੁੰਦਾ ਭਰਾ, ਫਟਦੇ ਨੇ ਮੂੰਹ ਨਾਲ, ਬਣਾਉਣ ਬੜਾ ਔਖਾ ਹੈ ਜੀ। ਜਦੋਂ ਲੀਟਰ ਲੱਗਦਾ ਨਾ ਲੀਟਰ ਗਿਆ, ਉੱਥੇ ਨਵਾਂ ਤੇ 10 ਮਿੰਟ ਉੱਤੇ ਨਹੀਂ ਜਾਂਦਾ, ਨਹੀਂ ਜਾਂਦਾ। ਠੀਕ ਹੈ ਜੀ, ਜਿਹੜੀ ਕੋਈ ਵੀ ਵਰਿਆਮ ਹੈ ਬਾਈ ਜਾਨ, ਪਤਾ ਕੀ ਹੈ ਜੀ, ਬਸ ਇਹ ਬੰਦਿਆਂ ਦੇ ਨਾ ਜ਼ਬਾਨ ਜ਼ਬਾਨ ਉੱਤੇ ਦੁੱਧ ਦੇ 100 ਵਿੱਚੋਂ ਕੋਈ 10 ਹੈ ਨਾ ਜਿਹੜੀਆਂ ਪਾਕਿਸਤਾਨ ਆਪਣੇ ਜ਼ਿਮਾਨ ਚ ਰੱਖੇ ਰਹਿੰਦੇ ਦੁਨੀਆ ਤੱਕ। ਇਨਸ਼ਾਅੱਲਾ ਅਗਲੀ ਵੀਡੀਓ ਦੇ ਨਾਲ ਫੇਰ ਮਿਲਾਂਗੇ। ਇਸੇ ਵੀਡੀਓ ਦੇ ਨਾਲ ਜੋ ਇਜਾਜ਼ਤ ਰੱਬ ਰੱਖਾ ਅੱਲਾ ਸੁਣਦੇ ਵਾਲੇ ਨਾਲ ਦੀ ਆਵਾਜ਼ ਆਵੇ ਤਾਜਦਾਰੇ ਹਕਮ ਨਬੂਵਤ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ।